खबर मोगा से है, जहां एक व्यक्ति अपने बच्चों को स्कूल छोड़कर वापस अपने घर को लौट रहा था, तो रास्ते में रतन सिनेमा के पास रोड के ऊपर अचानक एक मोटरसाइकिल सवार व्यक्ति का पीछा कर उसकी मोटरसाइकिल को लात मारकर व्यक्ति पर हथियार और ईंटों से उसके ऊपर हमला कर दिया। यह घटना सीसीटीवी कैमरे में कैद हो गई। रवि कुमार ने बताया कि 2 दिन पहले बाइक सवार ने हमला कर दिया, इसके बाद उपचार के लिए अस्पताल में भर्ती कराया गया है। ਸਰ ਮੈਂ ਆਪਣੇ ਬੱਚਿਆਂ ਨੂੰ ਛੱਡ ਕੇ ਆ ਰਿਹਾ ਸੀਗਾ ਸਕੂਲ, ਅਤੇ ਵਾਪਸੀ ਆਉਂਦੇ ਹੋਏ 2 ਜਣੇ ਮੋਟਰਸਾਈਕਲ 'ਤੇ ਆ ਰਹੇ ਸੀਗੇ। ਉਹਨਾਂ ਨੇ ਲੱਤ ਮਾਰੀ, ਮੈਂ ਇੱਟਾਂ ਦੇ ਢੇਰੀ 'ਤੇ ਡਿੱਗ ਪਿਆ ਜੀ। ਅਤੇ ਉਦੋਂ ਬਾਅਦ 2 ਪਿੱਛੋਂ ਆਏ ਜਣੇ, 4 ਜਣੇ ਸੀਗੇ, ਉਹਨਾਂ ਕੋਲ ਕਿਰਪਾਨ ਸੀਗੀ ਜੀ, ਅਤੇ ਕਿਰਪਾਨ 'ਤੇ ਇੱਟਾਂ ਮੇਰੇ ਮਾਰਨ ਲੱਗ ਗਈ। ਉਹ ਕੋਈ ਉਹਨਾਂ ਨੇ ਗੱਲ ਨਹੀਂ ਪੁੱਛੀ, ਕੁਛ ਨਹੀਂ ਪੁੱਛਿਆ, ਮੈਨੂੰ ਮਾਰਨ ਲੱਗ ਗਈ। ਉਹ ਕੌਣ ਸੀਗੇ ਜੀ? ਇਹ ਤਾਂ ਸਰ ਮੈਨੂੰ ਪਤਾ ਨਹੀਂ, ਪਰ ਅੱਜ ਤੋਂ 2 ਮਹੀਨੇ ਪਹਿਲਾਂ ਸਾਡੀ ਵਾਈਫ ਦੇ ਨਾ ਕੋਈ ਵੀਡੀਓ ਵਾਇਰਲ ਕੀਤੀ ਸੀ ਉਹਨੇ ਜੀ, ਇੰਸਟਾਗ੍ਰਾਮ 'ਤੇ, ਮੁੰਡੇ ਵਾਈਫ ਦੀ ਮੇਰੀ ਦੀ ਇੰਸਟਾਗ੍ਰਾਮ 'ਤੇ ਕੀਤੀ ਸੀਗੀ। ਅਤੇ ਮੁੰਡਾ ਦੇ ਜਿਹੜੇ ਮੁੰਡਾ ਰਿੱਕੀ, ਉਹਦੇ ਨਾਲ ਹੀ ਗੱਲ ਹੋਈ, ਰਾਜੀਨਾਮਾ ਸਾਡਾ ਹੋ ਚੁੱਕਿਆ ਸੀਗਾ ਜੀ, SSP ਦੇ ਸਾਰਾ ਕੁਝ ਹੋ ਚੁੱਕਿਆ ਜੀ। ਉਦੋਂ ਬਾਅਦ ਅੱਜ ਮੇਰਾ ਆਪ ਭਾਣਾ ਵਰਤਿਆ ਜੀ।